ਜਲੰਧਰ ਪੁਲਿਸ ਨੇ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ DCP ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ 9 ਫਰਵਰੀ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਸੰਬੰਧੀ ਮੇਲੇ ਦੌਰਾਨ ਸਰਬਜੀਤ ਸਿੰਘ ਨਾਂ ਦੇ ਨੌਜਵਾਨ ਦਾ ਕੁਝ ਨੌਜਵਾਨਾਂ ਨੇ ਕਤਲ ਕਰ ਦਿੱਤਾ ਸੀ। ਪੁਲਿਸ ਵੱਲੋਂ ਗ੍ਰਿਫਤਾਰ ਨੌਜਵਾਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਸਰਬਜੀਤ ਸਿੰਘ ਜਿਹੜਾ ਚੀਮਾ ਜਿਹੜਾ ਕਿ ਇੱਥੇ ਫਲੋਰ ਏਰੀਆ ਦਾ ਰਹਿਣ ਵਾਲਾ ਸੀਗਾ, ਇਹ ਵੀ ਇਹਦਾ ਘਰ ਵੀ ਇੱਥੇ ਬਾਦਪੁਰੇ ਦੇ ਵਿੱਚ ਹੈ। ਇਹ ਆਪਣੇ ਸਾਈਡ 'ਤੇ ਕੋਈ ਆਪਣਾ ਕਾਰੋਬਾਰ ਕਰਦਾ, ਟੈਟੂ ਬਣਾਉਂਦਾ। ਇਹ ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰਪੁਰਬ 'ਤੇ ਜਿਹੜਾ ਉੱਥੇ ਆਇਆ ਸੀਗਾ। ਇਹਦੇ ਨਾਲ ਇੱਕ ਦੋ ਇਹਦੇ ਹੋਰ ਰਿਸ਼ਤੇਦਾਰ ਸੀਗੇ, ਇਹਨਾਂ ਦੇ ਮੁਹੱਲੇ ਦੇ ਰਹਿਣ ਵਾਲੇ ਆ ਨੀਰਜ ਅਤੇ ਸੂਰਜ, ਉਹਨਾਂ ਦੇ ਨਾਲ 4 ਉਹਦੇ ਸਾਥੀ ਹੋਰ ਸੀਗੇ। ਇਹਨਾਂ ਦਾ ਉੱਥੇ ਗਲੀ ਦੇ ਵਿੱਚ ਹੀ ਆਪਸ ਦੇ ਵਿੱਚ ਜਿਹੜਾ ਕੋਈ ਮਾਈਨਰ ਅਲਟਰਕੇਸ਼ਨ ਹੋਈ, ਜਿੱਥੋਂ ਕਿ ਉਹ ਵੱਧ ਗਈ, ਉਹਦੇ ਵਿੱਚ ਇਹਨਾਂ ਦਾ ਸਕੱਫਲ ਹੋਈ। ਜਿਹੜਾ ਨੀਰਜ ਕੁਮਾਰ ਆ ਜਿਹੜਾ ਇਹਨੇ ਜਿਹੜਾ ਆਪਣੇ ਇਹਦੇ ਕੋਲ ਪੁਆਇੰਟਡ ਵੈਪਨ ਸੀਗਾ, ਜਿਹੜਾ ਬਿਲਕੁਲ ਤਿੱਖਾ ਸੀਗਾ, ਉਹ ਇਹਨੂੰ ਮਾਰਿਆ ਉਹਦੇ 'ਤੇ, ਉਹਦੇ ਗਲ ਦੇ ਵਿੱਚ ਲੱਗਿਆ। ਇਹਦੇ ਬ੍ਰਦਰ ਕੋਲ ਵੀ ਸੀਗਾ, ਉਹਨੂੰ ਮਾਰਿਆ ਉਹਦੇ ਸਿਰ 'ਚ ਲੱਗ ਗਿਆ। ਸੋ ਇਸ ਤਰ੍ਹਾਂ ਕਰਕੇ ਜਿਹੜਾ ਇਹਨਾਂ ਨੇ ਉਹਨੂੰ ਉਹਦੇ 'ਤੇ ਅਟੈਕ ਕਰਿਆ ਅਤੇ ਉਹਨੂੰ ਦਿੱਤਾ, ਜੋਹਲ ਹੋਸਪਿਟਲ ਐਡਮਿਟ ਕਰਾਇਆ, ਜਿੱਥੇ ਉਹਦੀ ਡੈਥ ਹੋ ਗਈ। ਅਸੀਂ ਜਿਹੜਾ ਉਹਨਾਂ ਦੇ ਬਿਆਨ 'ਤੇ ਜਿਹੜਾ ਸਟੇਟਮੈਂਟ ਰਿਕਾਰਡ ਕਰਕੇ ਜਿਹੜਾ 302 ਦਾ ਜਿਹੜਾ 6 ਮੁਲਜ਼ਮਾਂ ਦੇ ਖਿਲਾਫ ਜਿਹੜਾ ਬਾਈ ਨੇ ਪਰਚਾ ਦਰਜ ਕੀਤਾ। ਨੈਕਸਟ ਵੈਰੀ ਡੇ 10 ਤਰੀਕ ਨੂੰ ਅਸੀਂ ਜਿਹੜੇ 2 ਮੁਲਜ਼ਮ ਜਿਹੜੇ ਉਹ ਫੜ ਲਏ ਸੀਗੇ। ਹੁਣ ਜਿਹੜੇ 2 ਸਾਡੇ ਸੀਗੇ, ਇੱਕ ਜੋਗੀ ਪਲੱਸ ਜਿਹੜਾ ਦੂਸਰਾ ਸੀਗਾ ਨੀਰਜ, ਇਹ ਅਸੀਂ ਜਿਹੜੇ ਕੱਲ੍ਹ ਫੜੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਤੇ ਇਹਨਾਂ ਤੋਂ ਜਿਹੜਾ ਵੈਪਨ ਔਫੈਂਸ ਰਿਕਵਰ ਕਰਾ ਲਿਆ। ਹੁਣ 2 ਜਿਹੜੇ ਸਾਡੇ ਅਬਸਕਾਊਂਡਿੰਗ ਨੇ, ਉਹੀ ਜਲਦੀ ਫੜ ਲਾਂਗੇ। ਇਹਦੇ ਵਿੱਚ ਇਹਨਾਂ ਦਾ ਜਿਹੜਾ ਮੋਟਿਵ ਹੈ, ਮੋਟਿਵ ਕੋਈ ਐਡਾ ਵਿਜ਼ੀਬਲ ਨਹੀਂ ਹੈ, ਲੇਕਿਨ ਕੀ ਆ, ਆਲ ਆਫ ਸਡਨ ਜਿਹੜਾ ਅਲਟਰਕੇਸ਼ਨ ਹੋਇਆ ਇਹਨਾਂ ਦਾ, ਜਿਹੜਾ ਕਿ ਇੱਥੇ ਤੱਕ ਜਿਹੜਾ ਰੂਪ ਧਾਰਨ ਕਰ ਗਿਆ। ਸੋ ਅਸੀਂ ਇਹ ਕੇਸ ਨੂੰ ਜਲਦੀ ਹੀ ਜਿਹੜਾ ਸ਼ਟ ਕਰਕੇ ਅਤੇ ਇਹਦਾ ਜਿਹੜਾ ਫਾਈਨਲ ਰਿਪੋਰਟ ਜਿਹੜੀ ਅਦਾਲਤ ਨੂੰ ਸਰ। ਜਿਹੜੇ ਬੰਦੇ ਦਾ ਟੋਟਾ, ਇਹ ਕਿਹਨਾਂ ਦਾ ਵੈਸੇ ਨੋਰਮਲ ਕੰਮ ਕੀ ਕਰਦੇ? ਇਹ ਜਿਹੜਾ ਇਹਨਾਂ ਦਾ ਕੋਈ, ਮੇਰੇ ਖਿਆਲ ਕੋਈ ਜਿਹੜੇ ਨੀਰਜ ਹੋਣੀ ਆ ਇਹਨਾਂ ਦਾ ਕੋਈ ਇੱਥੇ ਆ ਫਾਸਟ ਫੂਡ ਦਾ ਕੰਮ ਕਰਦੇ ਆ, ਦੋਨੇ ਬ੍ਰਦਰ ਆ ਨੀਰਜ ਅਤੇ ਸੂਰਜ। ਇਹਨਾਂ ਦੇ ਖਿਲਾਫ਼ ਭਾਈ ਸਰ ਕੋਈ ਪਹਿਲਾ ਮਾਮਲਾ ਦਰਜ, ਕੋਈ ਕੇਸ? ਪਹਿਲਾ ਮਾਮਲਾ ਇਹਨਾਂ ਦੇ ਖਿਲਾਫ਼ ਕੋਈ ਦਰਜ ਧਿਆਨ 'ਚ ਨਹੀਂ ਆਇਆ।